कड़ी तो मैडम बहुत जितना होंदा उन्हें ही पता होंदा, बाकी यह है कि जेड़े बच्चे नूं अपना पेरेंट्स का प्यार नहीं मिले, बाप का प्यार नहीं मिले, तो ही जानते वो बाकी जिंदगी तो कट्टनी होंदी है, बस कट रहे हैं। 1998 ਵਿੱਚ ਸ਼੍ਰੀਨਗਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀ। ਮੇਰੀ ਏਜ ਨਹੀਂ ਸੀ ਨਾ ਕੁਆਲੀਫਿਕੇਸ਼ਨ ਸੀ ਮੇਰੀ ਇੰਨੀ ਕਿ ਮੈਂ ਕੋਈ ਜੋਬ ਕਰ ਸਕਦੀ। ਵਾਅਦੇ ਤਾਂ ਬਹੁਤ ਕੀਤੇ ਸਰਕਾਰਾਂ ਨੇ ਕਿ ਤੁਹਾਨੂੰ ਜੋਬ ਦਿੱਤੀ ਜਾਵੇਗੀ, ਕੋਈ ਪੈਟਰੋਲ ਪੰਪ ਜਾਂ ਕਿਸ ਤਰ੍ਹਾਂ ਕੋਈ ਗੈਸ ਏਜੰਸੀ, ਪਰ ਸਾਨੂੰ ਕੁਛ ਨਹੀਂ ਮਿਲਿਆ। ਬਸ ਵਾਅਦੇ ਕਰਦੇ ਗਏ, ਸਰਕਾਰਾਂ ਜਾਂਦੀਆਂ ਰਹੀਆਂ ਆਉਂਦੀਆਂ ਰਹੀਆਂ। ਹੁਣ ਅਸੀਂ ਲੜਾਈ ਆਪਣੇ ਬੱਚਿਆਂ ਦੀ ਹੱਕ ਲਈ ਲੜ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਜੋਬ ਦਿੱਤੀ ਜਾਵੇ। ਸਰਕਾਰ ਨੇ ਹਜੇ ਤੱਕ ਤੁਹਾਡੀ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ? ਮਦਦ ਨਹੀਂ ਕੀਤੀ ਉਹਨਾਂ ਨੇ ਸਾਡੀ ਪੰਜਾਬ ਸਰਕਾਰ। ਅਸੀਂ ਪੰਜਾਬ ਸਰਕਾਰ ਤੋਂ ਹੀ ਆਪਣੀ ਤੋਂ ਮੰਗ ਕਰ ਸਕਦੇ ਹਾਂ। ਸਾਡੇ ਪਤੀਆਂ ਨੇ ਕੋਈ ਸ਼ਕਤੀ ਨਹੀਂ ਦਿੱਤੀ, ਉਹਨਾਂ ਦਾ ਕੋਈ ਨਾਮ ਸ਼ਹੀਦਾਂ 'ਚ ਨਹੀਂ ਆਇਆ, ਜਦਕਿ ਸਾਨੂੰ ਗਲੰਟਰੀ ਅਵਾਰਡ ਮਿਲੇ ਹੋਏ ਆ ਸਾਰਿਆਂ ਨੂੰ, ਔਰ ਉਹਨਾਂ ਦੇ ਨਾਮ ਲਿਖੇ ਹੋਏ ਆ ਵਾਰ ਮੈਮੋਰੀਅਲ ਵਿੱਚ। ਕੁਛ ਉਹਨਾਂ ਨੂੰ ਹੋਏ ਹੀ ਨਹੀਂ, ਪਤਾ ਨਹੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ। ਇੱਕ ਵਾਰੀ ਉਹ ਮਿਲ ਕੇ ਤਾਂ ਦੇਖਣ ਕਿ ਉਹਨਾਂ ਦੀਆਂ ਪ੍ਰੋਬਲਮਸ ਕੀ ਹੈਗੀਆਂ, ਕੀ ਉਹਨਾਂ ਦੇ ਦਰਦ ਆ। 1992 'ਚ ਬਾਰਾਮੂਲਾ 'ਚ ਸ਼ਹੀਦ ਹੋਏ ਨੇ ਇਹ, 3 ਨਵੰਬਰ ਨੂੰ ਇਹ ਸ਼ਹੀਦ ਹੋਏ ਨੇ, ਅਤੇ 6 ਨਵੰਬਰ ਨੂੰ ਸਾਨੂੰ ਘਰ ਅਰਥੀਆਂ ਪਹੁੰਚੀਆਂ ਨੇ, ਡੈਡ ਬਾਡੀ ਨਹੀਂ ਆਈ। ਕੁਛ ਟਾਈਮ ਮੇਰਾ ਬੇਟਾ ਇਹ 5 ਸਾਲ ਦਾ ਸੀ, ਅਜੇ ਤੱਕ ਇੰਤਜ਼ਾਰ ਕਰ ਰਹੇ ਹਾਂ ਬੱਚਿਆਂ ਨੂੰ। ਨਾ ਜੋਬ ਮਿਲੀ ਆ, ਨਾ ਕੋਈ ਪੈਟਰੋਲ ਪੰਪ ਦਾ ਲਾਇਸੈਂਸ ਮਿਲਿਆ, ਨਾ ਕੋਈ ਜ਼ਮੀਨ ਜਾ ਦਿੱਤੀ ਇਹਨਾਂ ਨੇ ਸਾਨੂੰ, ਅਜੇ ਤੱਕ ਕੁਛ ਨਹੀਂ ਮਿਲਿਆ। ਪੋਲਿਸੀ ਦੇ ਅੰਡਰ ਨਹੀਂ ਸੀ ਆਉਂਦੀ, ਹੁਣ ਬੱਚਿਆਂ ਨੇ ਕੇਸ ਲੜਿਆ। ਪੋਲਿਸੀ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਨੂੰ ਏ ਗ੍ਰੇਡ ਦੀ ਪੋਸਟ ਦਿੱਤੀ ਜਾਏ, ਜਦਕਿ ਇੰਟਰਵਿਊ ਹੋਈ ਆ। ਜੇ ਯਾਦ ਕਰਾਂ, ਮੈਂ ਸਿਰਫ 7 ਸਾਲ ਦੀ ਸੀ ਅਤੇ ਮੇਰੀ ਵੱਡੀ ਭੈਣ ਸਿਰਫ 8 ਸਾਲ ਦੀ ਸੀ ਜਦ ਮੇਰੇ ਫਾਦਰ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ। ਅਤੇ ਪੰਜਾਬ ਸਰਕਾਰ ਨੇ ਉਦੋਂ ਕ੍ਰਿਮੇਸ਼ਨ ਵੇਲੇ ਬਹੁਤ ਮਿਨਿਸਟਰਸ ਆ ਕੇ ਬਹੁਤ ਵਾਅਦੇ ਕਰਦੇ ਨੇ, ਬਟ ਸ਼ਾਇਦ ਕ੍ਰਿਮੇਸ਼ਨ ਤੋਂ ਬਾਅਦ ਕੋਈ ਵੀ ਸਾਡਾ ਹਾਲ ਵੀ ਨਹੀਂ ਪੁੱਛਣ ਆਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅਤੇ ਮੈਂ ਹਾਂ ਮਮਤਾ ਤੁਹਾਡੇ ਨਾਲ। ਦੇਸ਼ ਦੀ ਸੁਰੱਖਿਆ ਦੇ ਲਈ ਦਿਨ ਰਾਤ ਸਰਹੱਦਾਂ 'ਤੇ ਮੌਜੂਦ ਤੇ ਸੀ ਸਾਡੇ ਦੇਸ਼ ਅਤੇ ਸਾਡੀ ਰੱਖਿਆ ਕਰਦੇ ਹਾਂ ਆਪਣੀ ਜਾਨ ਤੱਕ ਵਾਰ ਦੇਣ ਵਾਲੇ ਫੌਜੀ ਜਵਾਨ। ਜੀ ਹਾਂ, ਉਹ ਫੌਜੀ ਜਵਾਨ ਜਿਹੜੇ ਸਾਡੇ ਲਈ ਆਪਣੀ ਜਾਨ ਦਿੰਦੇ ਹੋਏ ਬਿਲਕੁਲ ਵੀ ਨਹੀਂ ਸੋਚਦੇ, ਅਤੇ ਉਹਨਾਂ ਸਦਕਾ ਹੀ ਅਸੀਂ ਜਿਹੜੀ ਚੈਨ ਦੀ ਨੀਂਦ ਆ ਉਹ ਸੌਂ ਪਾਉਂਦੇ ਹਾਂ। ਪਰ ਆਪਣੀ ਇਸ ਡਿਊਟੀ ਦੇ ਦੌਰਾਨ, ਸਾਡੀ ਰੱਖਿਆ ਦੇ ਦੌਰਾਨ ਜਦੋਂ ਆਪਣੀ ਜਾਨ ਵਾਰ ਦਿੰਦੇ ਨੇ ਜਾਂ ਸ਼ਹੀਦ ਹੋ ਜਾਂਦੇ ਨੇ, ਤਾਂ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਵੱਡੇ ਵੱਡੇ ਵਾਅਦੇ ਤਾਂ ਦਾਅਵੇ ਤਾਂ ਕੀਤੇ ਜਾਂਦੇ ਨੇ, ਪਰ ਇਹ ਦਾਅਵੇ ਕਿੰਨੇ ਕੁ ਨੇਪਰੇ ਚੜ੍ਹਦੇ ਨੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਮੌਜੂਦ ਹਾਂ ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਜਾਨ ਵਾਰ ਦਿੱਤੀ। ਕੁਛ ਸ਼ਹੀਦ ਫੌਜੀ ਵੀਰ ਅਜਿਹੇ ਸੀ ਜਿਨ੍ਹਾਂ ਨੇ ਕਿ ਗਲੰਟਰੀ ਅਵਾਰਡ ਵੀ ਪ੍ਰਾਪਤ ਕੀਤਾ, ਪਰ ਬਾਵਜੂਦ ਇਸ ਦੇ ਕਿਸ ਤਰ੍ਹਾਂ ਦਾ ਕੰਮ ਜਿਹੜਾ ਸਰਕਾਰ ਵੱਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਕੀਤਾ ਗਿਆ, ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਸਕਰੋਲ ਪੰਜਾਬ। ਹਾਂਜੀ, ਮੈਂ ਸ਼ਹੀਦ ਲੈਫਟੈਂਟ ਜੋਗਾ ਸਿੰਘ ਦੀ ਵਾਈਫ ਹਾਂ। ਉਹ 1998 ਵਿੱਚ ਸ਼੍ਰੀਨਗਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀ। ਉਸ ਟਾਈਮ ਮੇਰੇ ਬੱਚੇ ਛੋਟੇ ਸੀ, ਮੇਰੀ ਏਜ ਨਹੀਂ ਸੀ ਨਾ ਕੁਆਲੀਫਿਕੇਸ਼ਨ ਸੀ ਮੇਰੀ ਇੰਨੀ ਕਿ ਮੈਂ ਕੋਈ ਜੋਬ ਕਰ ਸਕਦੀ। ਵਾਅਦੇ ਤਾਂ ਬਹੁਤ ਕੀਤੇ ਸਰਕਾਰਾਂ ਨੇ ਕਿ ਤੁਹਾਨੂੰ ਜੋਬ ਦਿੱਤੀ ਜਾਵੇਗੀ, ਕੋਈ ਪੈਟਰੋਲ ਪੰਪ ਜਾਂ ਕਿਸ ਤਰ੍ਹਾਂ ਕੋਈ ਗੈਸ ਏਜੰਸੀ, ਪਰ ਸਾਨੂੰ ਕੁਛ ਨਹੀਂ ਮਿਲਿਆ। ਬਸ ਵਾਅਦੇ ਕਰਦੇ ਗਏ, ਸਰਕਾਰਾਂ ਜਾਂਦੀਆਂ ਰਹੀਆਂ ਆਉਂਦੀਆਂ ਰਹੀਆਂ, ਪਰ ਸਾਡੀ ਸੁਣਾਈ ਨਹੀਂ ਹੋਈ ਕਿਸੇ ਪਾਸੇ ਵੀ। ਹੁਣ ਅਸੀਂ ਲੜਾਈ ਆਪਣੇ ਬੱਚਿਆਂ ਦੀ ਹੱਕ ਲਈ ਲੜ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਜੋਬ ਦਿੱਤੀ ਜਾਵੇ। ਸਾਡੇ ਹਸਬੈਂਡ, ਅਸੀਂ ਵੀ ਨਾਰੀ ਦੇ ਇਕੱਠੀਆਂ ਹੋਈਆਂ ਹਾਂ, ਉਹਨਾਂ ਨੇ ਜਦੋਂ ਸ਼ਹੀਦ ਹੋਏ ਤੁਹਾਡੇ ਹਸਬੈਂਡ ਜਿਹੜੇ ਸੀਗੇ, ਤੁਹਾਡੀ ਉਮਰ ਕਿੰਨੀ ਕੁ ਸੀ ਅਤੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਸਰਵਾਈਵ ਕੀਤੀਆਂ? 36 ਸਾਲ ਦੀ ਉਮਰ ਸੀ ਉਸ ਟਾਈਮ। ਹਾਂਜੀ, ਤੁਸੀਂ ਖੁਦ ਵੀ ਜਾਣਦੇ ਹੋਵੋਗੇ ਕਿ ਇੱਕ ਬਿੱਡੋ ਲਈ ਕਿੰਨਾ ਮੁਸ਼ਕਲ ਹੁੰਦਾ ਆ ਉਹ ਲਾਈਫ ਵਿੱਚੋਂ ਗੁਜ਼ਰਨਾ, ਕਿੰਨੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਆ। ਫਿਰ ਵੀ ਅਸੀਂ ਹਿੰਮਤ ਰੱਖ ਕੇ ਆਪਣੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ, ਉਹਨਾਂ ਨੂੰ ਇਸ ਲਾਈਕ ਕੀਤਾ ਕਿ ਅੱਗੇ ਸਾਡੇ ਬੱਚਿਆਂ ਨੂੰ ਕੋਈ ਜੋਬ ਮਿਲੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ। ਪਰ ਹਰੇਕ ਵਾਰੀ ਇੱਦਾਂ ਹੀ ਸਰਕਾਰਾਂ ਸਭ ਬਦਲੀ ਹੁੰਦੀਆਂ ਗਈਆਂ ਆਉਂਦੀਆਂ ਰਹੀਆਂ, ਸਾਡੀ ਸੁਣਾਈ ਨਹੀਂ ਹੋਈ, ਸਾਨੂੰ ਅੱਗੇ ਤੱਕ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ। ਸਰਕਾਰ ਨੇ ਹਜੇ ਤੱਕ ਤੁਹਾਡੀ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ? ਮਦਦ ਨਹੀਂ ਕੀਤੀ ਉਹਨਾਂ ਨੇ ਸਾਡੀ ਪੰਜਾਬ ਸਰਕਾਰ। ਅਸੀਂ ਪੰਜਾਬ ਸਰਕਾਰ ਤੋਂ ਹੀ ਆਪਣੀ ਤੋਂ ਮੰਗ ਕਰ ਸਕਦੇ ਹਾਂ, ਪਰ ਸਾਨੂੰ
ਸਾਡੀ ਕੋਈ ਵੀ ਮੰਗ ਪੂਰੀ ਨਹੀਂ ਹੋਈ ਜੀ। ਕਿਤੇ ਵੀ ਮਿਲਦੇ ਸੀ ਬਾਦਲ ਸਰਕਾਰ ਸੀ ਕੈਪਟਨ, ਸਾਨੂੰ ਅੱਗੇ ਤੱਕ ਪਹੁੰਚਣਾ ਹੀ ਨਹੀਂ ਦਿੱਤਾ ਗਿਆ। ਫਿਰ ਇੱਕ ਪੋਲਸੀ ਬਣੀ ਸਾਡੇ ਕੇਸ 98 99 ਤੋਂ ਪਹਿਲਾਂ ਦੇ 98 96 92, ਪਰ ਉਹਨਾਂ ਦਾ ਇਹੀ ਸੀ ਕਿ ਜਿਹੜੀ ਜੋਬ ਮਿਲੂਗੀ ਉਹ ਆਫਟਰ 99 ਜੋ ਕਾਰਗਿਲ ਵਿੱਚ ਸ਼ਹੀਦ ਹੋ ਗਏ, ਕਿ ਸਾਡੇ ਪਤੀਆਂ ਨੇ ਕੋਈ ਸ਼ਕਤੀ ਨਹੀਂ ਦਿੱਤੀ, ਉਹਨਾਂ ਦਾ ਕੋਈ ਨਾਮ ਸ਼ਹੀਦਾਂ 'ਚ ਨਹੀਂ ਆਇਆ, ਜਦਕਿ ਸਾਨੂੰ ਗਲੰਟਰੀ ਅਵਾਰਡ ਮਿਲੇ ਹੋਏ ਆ ਸਾਰਿਆਂ ਨੂੰ ਔਰ ਉਹਨਾਂ ਦੇ ਨਾਮ ਲਿਖੇ ਹੋਏ ਆ ਵਾਰ ਮੈਮੋਰੀਅਲ ਵਿੱਚ। ਜਦੋਂ ਤੁਸੀਂ ਦੱਸਿਆ ਵੀ ਜਦੋਂ ਸ਼ਹੀਦ ਹੋਏ ਸੀਗੇ ਤੁਹਾਡੇ ਹਸਬੈਂਡ, ਅਤੇ ਉਸ ਟਾਈਮ ਤੁਹਾਡੀ ਜਿਹੜੀ ਏਜ ਸੀਗੀ ਉਹ 36 ਈਅਰਸ ਸੀਗੀ, ਹੁਣ ਤੁਹਾਡੀ ਉਮਰ ਕਿੰਨੀ? ਹੁਣ ਮੇਰੀ 60 61। ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ 36 ਸਾਲਾਂ ਤੋਂ ਬਾਅਦ ਹੁਣ ਤੁਸੀਂ 60 ਸਾਲਾਂ ਤੋਂ ਉੱਪਰ ਦੀ ਜਿਹੜੀ ਤੁਹਾਡੀ ਉਮਰ ਹੋ ਗਈ ਆ, ਪਰ ਬਾਵਜੂਦ ਇਸ ਦੇ ਤੁਹਾਡਾ ਦਰਦ ਜਿਹੜਾ ਉਹ ਸਰਕਾਰ ਦੇ ਪੱਲੇ ਨਹੀਂ ਪੈ ਰਿਹਾ, ਜਾਂ ਕਹਿ ਲਓ ਕਿ ਸਰਕਾਰ ਤੁਹਾਡਾ ਦਰਦ ਨਹੀਂ ਸਮਝ ਰਹੀ, ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ? ਨਹੀਂ ਦਿੱਤੀ ਜਾ ਰਹੀ, ਸਰਕਾਰ ਸਾਡਾ ਦਰਦ ਸਮਝਦੀ ਨਹੀਂ ਕੁਛ, ਉਹਨਾਂ ਨੂੰ ਹੋਏ ਹੀ ਨਹੀਂ ਪਤਾ ਨਹੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ। ਇੱਕ ਵਾਰੀ ਉਹ ਮਿਲ ਕੇ ਤਾਂ ਦੇਖਣ ਕਿ ਉਹਨਾਂ ਦੀਆਂ ਪ੍ਰੋਬਲਮਸ ਕੀ ਹੈਗੀਆਂ, ਕੀ ਉਹਨਾਂ ਦੇ ਦਰਦ ਆ, ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਆਪਣੀਆਂ ਪੈਨਸ਼ਨਾਂ ਦੇ ਉੱਪਰ ਹੀ, ਪਰ ਸਾਡੀ ਕੋਈ ਸੁਣਵਾਈ ਨਹੀਂ ਅਜੇ ਤੱਕ। ਤੁਹਾਡੇ ਅਨੁਸਾਰ ਤੁਸੀਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਕਿ ਸਰਕਾਰ ਤੱਕ ਪਹੁੰਚ ਕੀਤੀ ਜਾਵੇ, ਜਾਂ ਵੱਡੇ ਜਿਹੜੇ ਲੋਕ ਆ ਸਾਰਾ ਕੁਛ ਮੈਨੇਜ ਕਰਦੇ ਉਹਨਾਂ ਤੱਕ ਪਹੁੰਚਿਆ ਜਾਵੇ ਕਿਸੇ ਵੀ ਤਰ੍ਹਾਂ, ਪਰ ਬਾਵਜੂਦ ਇਸ ਦੇ ਕਿ ਤੁਹਾਨੂੰ ਮਿਲਣ ਨਹੀਂ ਦਿੱਤਾ ਗਿਆ, ਜਾਂ ਤੁਹਾਨੂੰ ਮਦਦ ਨਹੀਂ ਦਿੱਤੀ ਗਈ, ਜਾਂ ਕੋਈ ਤੁਹਾਡੇ ਤੱਕ ਅਪਰੋਚ ਨਹੀਂ ਆਈ, ਜਾਂ ਕਿੱਥੇ ਸਹੀ 'ਚ ਪ੍ਰੋਬਲਮ ਤੁਹਾਨੂੰ ਆਪ ਨੂੰ ਕਿੱਥੇ ਲੱਗਦਾ? ਕਿੱਥੇ ਸਾਨੂੰ ਇਹ ਕਿ ਸਾਨੂੰ ਅੱਗੇ ਤੱਕ ਪਹੁੰਚਣਾ ਹੀ ਨਹੀਂ ਦਿੱਤਾ ਗਿਆ। ਸਾਡੇ ਬੱਚਿਆਂ ਨੇ ਕੇਸ ਵੀ ਲੜੇ ਆ, ਕਾਫੀ ਫਾਈਟ ਕੀਤੀ ਇਹਦੇ ਬਾਰੇ, ਜੋਬ ਬਾਰੇ। 14-15 ਸਾਲ ਹੋ ਗਏ ਮੇਰੇ ਬੇਟੇ ਨੂੰ ਤਾਂ ਜੋਬ ਚੇਸ ਕਰ ਲੱਗੇ ਹੋਏ ਨੂੰ, ਪਰ ਨਹੀਂ ਸਾਡੀ ਸੁਣਵਾਈ ਨਹੀਂ ਹੋ ਰਹੀ ਅੱਗੇ ਤੱਕ। ਸਾਡੀਆਂ ਫਾਈਲਾਂ ਹੀ ਪਹਿਲਾਂ ਪਤਾ ਨਹੀਂ ਕਿੱਥੇ ਦੱਬੀਆਂ ਰਹਿ ਗਈਆਂ। ਠੀਕ ਆ, ਹੁਣ ਅਗਰ ਉਹ ਪੋਲਿਸੀ ਦੇ ਅੰਡਰ ਅਸੀਂ ਆਏ ਵੀ ਹਾਂ ਵੀ ਹਾਂ 99 ਤੋਂ ਪਹਿਲਾਂ ਵਾਲਿਆਂ ਨੂੰ ਵੀ ਦੇ ਰਹੇ ਜੋਬ, ਪਰ ਉਹ ਬੱਚਿਆਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜੋਬ ਹੀ ਨਹੀਂ, ਸੀ ਗ੍ਰੇਡ ਦੀ ਜੋਬ ਦੇ ਰਹੇ ਸਾਡੇ ਬੱਚਿਆਂ ਨੂੰ। ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਬੱਚੇ ਜਿਹੜੇ ਆ, ਹਾਲਾਂਕਿ ਤੁਸੀਂ ਬਹੁਤ ਹੀ ਜ਼ਿਆਦਾ ਜਿਹੜੀਆਂ ਪੀੜਾਂ ਸਹਿੰਦੇ ਹੋਏ ਆਪਣੇ ਬੱਚਿਆਂ ਨੂੰ ਪਾਲਿਆ, ਪਰ ਇੰਨੀਆਂ ਪੜ੍ਹਨ ਲਿਖਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੇ ਲਈ ਤੁਸੀਂ ਉਹ ਵਾਲੀ ਜੋਬ ਜਿਹੜੀ ਕਿ ਉਹ ਡਿਜ਼ਰਵ ਕਰਦੇ ਆ ਆਪਣੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ, ਜਾਂ ਫਿਰ ਆਪਣੀ ਕਹਿ ਲਓ ਕਿ ਵਿੱਦਿਅਕ ਯੋਗਤਾ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਉਹ ਜੋਬ ਨਹੀਂ ਬਲਕਿ ਇੱਕ ਸੀ ਗ੍ਰੇਡ ਦੀ ਜੋਬ ਦਿੱਤੀ ਜਾ ਰਹੀ ਹੈ। ਇਹੀ ਸਾਨੂੰ ਦੁੱਖ ਲੱਗ ਰਿਹਾ, ਉਹ ਵੀ ਕੋਈ ਉਹਨੀ ਰਿਟਰਨ 'ਚ ਨਹੀਂ, ਬਸ ਹਾਂ ਤੁਹਾਨੂੰ ਸੀ ਗ੍ਰੇਡ ਦੀ ਜੋਬ ਆ, ਲੈਣੀ ਲਓ, ਇੰਟਰਵਿਊ ਹੋ ਚੁੱਕੀ ਆ ਬੱਚਿਆਂ ਦੀ, ਬਸ ਇਹਨਾਂ ਦੇ ਇਹ ਆ ਕਿ ਸੀ ਗ੍ਰੇਡ ਦੀ ਜੋਬ ਆ, ਹੋਰ ਸਾਡੇ ਕੋਲ ਕੋਈ ਜੋਬ ਨਹੀਂ ਆ, ਲੈਣੀ ਲਓ, ਨਹੀਂ ਤਾਂ ਉਹ ਰਿਟਰਨ ਵਿੱਚ ਨਹੀਂ ਆ, ਕੁਛ ਨਹੀਂ ਆ, ਬਸ ਇੱਦਾਂ ਹੀ ਫੇਸ ਟੂ ਫੇਸ ਇਹ ਬੱਚਿਆਂ ਨੂੰ ਜਵਾਬ ਮਿਲਿਆ ਸਾਡਿਆਂ ਨੂੰ ਉੱਥੋਂ। ਪਰ ਦੁਬਾਰਾ ਤੋਂ ਆਪਣੇ ਹਸਬੈਂਡ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਨਾਮ ਦੱਸ? ਹਾਂਜੀ, ਸ਼ਹੀਦ ਲੈਫਟੀਨੈਂਟ ਜੋਗਾ ਸਿੰਘ। ਇਹ ਸੀ ਸ਼ਹੀਦ ਲੈਫਟੀਨੈਂਟ ਜੋਗਾ ਸਿੰਘ ਦੇ ਵਾਈਫ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ 36 ਸਾਲਾਂ ਦੇ ਉਹ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਜ਼ਿਆਦਾ ਪੀੜਾਂ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਅਤੇ ਇੱਕ ਵਿਡੋ ਦੇ ਤੌਰ ਦੇ ਉੱਤੇ ਇੱਕ ਔਰਤ ਦੇ ਲਈ ਬਹੁਤ ਹੀ ਮੁਸ਼ਕਿਲ ਹੁੰਦਾ ਆ ਆਪਣੇ ਅਤੇ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਨੂੰ ਪਾਲਣਾ, ਪਰ ਬਾਵਜੂਦ ਇਸ ਦੇ ਹਾਲਾਂਕਿ ਉਹਨਾਂ ਨੇ ਆਪਣੇ ਵੱਲੋਂ ਤਾਂ ਇੰਨਾ ਕੁਛ ਕਰ ਲਿਆ, ਪਰ ਤਾਂ ਵੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਪੈਸ਼ਲ ਜਿਹੜੀ ਚੀਜ਼ ਸੀ ਉਹ ਤਾਂ ਕੀ ਦਿੱਤੀ ਜਾਣੀ ਸੀ, ਪਰ ਉਹਨਾਂ ਨੂੰ ਮਦਦ ਤੱਕ ਨਹੀਂ ਦਿੱਤੀ ਗਈ, ਅਤੇ ਮਦਦ ਦੇ ਨਾਲ ਨਾਲ ਇੰਨਾ ਪੜ੍ਹ ਲਿਖਣ ਦੇ ਬਾਵਜੂਦ ਉਹਨਾਂ ਨੂੰ ਨੌਕਰੀ ਤੱਕ ਨਹੀਂ ਦਿੱਤੀ ਜਾ ਰਹੀ। ਸ਼ਹੀਦ ਸੂਬੇਦਾਰ ਨਾਇਬ ਬਲਦੇਵ ਰਾਜ ਦੇ ਵਾਈਫ ਦੇ ਨਾਲ ਅਸੀਂ ਮੌਜੂਦ ਹਾਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਦੇਖੀ ਮੈਂ ਤੁਹਾਡਾ ਨਾਮ ਦੱਸ? ਮੇਰਾ ਨਾਮ ਕਮਲਾ ਰਾਣੀ ਹੈ। 1992 'ਚ ਬਾਰਾਮੁੱਲਾ 'ਚ ਸ਼ਹੀਦ ਹੋਏ ਨੇ ਇਹ, ਅਤੇ 3 ਨਵੰਬਰ ਨੂੰ ਇਹ ਸ਼ਹੀਦ ਹੋਏ ਨੇ, ਅਤੇ 6 ਨਵੰਬਰ ਨੂੰ ਸਾਨੂੰ ਘਰ ਅਰਥੀਆਂ ਪਹੁੰਚੀਆਂ ਨੇ, ਡੈੱਡ ਬਾਡੀ ਨਹੀਂ ਆਈ। ਉਸ ਟਾਈਮ ਮੇਰਾ ਬੇਟਾ ਇਹ 5 ਸਾਲ ਦਾ ਸੀ, ਮੇਰੀ ਉਮਰ ਉਸ ਟਾਈਮ 29 ਸਾਲ ਦੀ ਸੀ। ਚਲੋ ਕਿ ਜਦੋਂ ਮੈਂ ਕੁਆਰੀ ਹੋਣੀ ਹੈ, 29 ਸਾਲ ਦੀ ਉਮਰ ਸੀ ਮੇਰੀ, 3 ਬੇਟੇ ਨੇ ਮੇਰੇ। ਉਹ ਦਿਨ ਤੋਂ ਅੱਜ ਦਾ ਦਿਨ ਇਹਨਾਂ ਨੇ ਬੜੇ ਵਾਅਦੇ ਕੀਤੇ, ਜੋਬ ਦੇਵਾਂਗੇ ਬੱਚਿਆਂ ਨੂੰ, ਪੜ੍ਹ ਲਓ ਪੜ੍ਹਾਓ ਲਿਖਾਓ, ਜੋਬ ਦੇਵਾਂਗੇ। ਬੱਚਿਆਂ ਨੂੰ ਜੋਬ ਨਹੀਂ ਮਿਲੀ, ਇਹਨਾਂ ਨੇ ਬੋਲਿਆ ਕਿ ਤੁਹਾਨੂੰ ਪੈਟਰੋਲ ਪੰਪ ਦਾ ਲਾਇਸੈਂਸ ਦੇਵਾਂਗੇ, ਉਹ ਵੀ ਨਹੀਂ ਮਿਲਾ, ਪਲੋਟ ਦੇਵਾਂਗੇ ਮਕਾਨ ਵਾਸਤੇ। ਅਤੇ ਉਸ ਟਾਈਮ ਮੇਰੇ ਘਰਦਿਆਂ ਨੇ ਨਾ ਮੈਨੂੰ ਪਹਿਲੇ ਤਾਂ ਮੈਂ ਵੇਚੀ ਉਹਨਾਂ ਦੇ, ਫਿਰ ਉਹਨਾਂ ਅਲੱਗ ਕਰਤਾ, ਅਲੱਗ ਕਰਤਾ ਮੈਂ ਡੰਗਰਾਂ ਵਿੱਚ ਰਹੀ ਹਾਂ ਆਪਣੇ ਬੱਚਿਆਂ ਨੂੰ ਲੈ ਕੇ, ਮੈਨੂੰ ਘਰਦਿਆਂ ਅਲੱਗ ਕਰਤਾ। ਫਿਰ ਉਹਨਾਂ ਨੇ ਪੈਸਾ ਪੂਸਾ ਵੀ ਸਾਨੂੰ ਘੁੱਟ ਘੱਟ ਹੀ ਦਿੱਤਾ ਆ, ਮੇਰੇ ਭਰਾਵਾਂ ਨੇ ਮਦਦ ਕੀਤੀ, ਮੈਨੂੰ ਮਕਾਨ ਲੈ ਤਾ ਉਹਨਾਂ ਨੇ, ਉਹਦੇ ਵਿੱਚ ਮੈਂ ਆਪਣੇ ਬੱਚੇ ਪੜ੍ਹਾਏ ਲਿਖਾਏ, ਸਿਲਾਈਆਂ ਕਰ ਕਰਕੇ ਫਿਰ ਬੱਚੇ ਪੈਨਸ਼ਨ ਨਾਲ ਕੀ ਬਣਦੇ ਆ, ਸਿਲਾਈ ਕਰਨੀ, ਛਾਲਾਂ ਕੱਢਣੀਆਂ,
फिर मैं अपने बच्चे पढ़ाई लिखाए, इन्होंने बोलिया कि पढ़ाओ लिखाओ जॉब मिलेगी तुम्हें बच्चे को। अजे तक इंतजार कर रहे हैं बच्चे, ना जॉब मिली है, ना कोई पेट्रोल पंप का लाइसेंस मिलिया, ना कोई जमीन ज्यादा दी इन्होंने, सानू अजे तक कुछ नहीं मिलिया। तो अं ये चाहते हैं कि साढ़े बच्चों को जॉब दो, उनकी पढ़ाई के आधार पर, या सानू चन्नी हिसाब ना मिलाओ, या उनकी पढ़ाई के हिसाब से क्वालिफिकेशन के हिसाब से जॉब दी जाए। तो असं भी साढ़े बच्चे सोचने कि साढ़े बाप तो सिर ते नहीं है, सिर तो बाप का साया उड़ गया, सानू जॉब ही मिल जाए। अभी तो ऐसे घूंज रहे हैं, ना तो कोई जमीन ज्यादा है, ना साढ़े को कुछ है। तो यही कहने मेरे, मैं तो मरने वाली हो गई हूँ, मेरी जिंदगी मेरे बच्चों को जॉब मिल जाए, मेरी आत्मा थोड़ी ठंडी जाए। कई दफा इन्होंने सू बुलाया रिजिंग डे से रैलियां से, अं यही रिक्वेस्ट की है कानू ये लड़ाई लड़दे हैं अपने हकों के लिए, जिड़ी कि शहीदी तो बाद हर परिवार चाहता है भी मेरे परिवार के मैंबर ने। ढाई साल हो गया यही बात मैं सर सरकार के मैं बुला, हर जगह बुला रिजिंग डे से, मेरी यही रिक्वेस्ट है कि मेरे बच्चे ने जॉब दी है। बड़ा बेटा मेरा बुलाया तो जाता है पर जो मुद्दा वो हल नहीं किया, लिख लेंगे उस टाइम बाद पता नहीं फाइल कितने छुट देना। बड़ा बेटा मेरा CRPF अपने बलबूते भर्ती हो गया, छोटे बेटे ने मैं शोरूम खोल दिता लोन चुक के। ये बेटा मेरा पढ़िया लिखा ज़्यादा सी, मैं चलो इनू जॉब दे देगी सरकार, सरकार की डीक तो है या। इन्होंने पहले भी इंटरव्यू इन्हें हुई है, इन्होंने किया कुछ नहीं, बस इन्हें बोलिया पता नहीं कि नौकरी दी इन्होंने, इन्होंने मतलब लैटर लुटर कुछ नहीं दिता इन्होंने, कुछ भी नहीं मतलब दिता। अं कहने चलो इन्होंने पढ़ाई के हिसाब से इन्होंने बेचारे जॉब मिल जाए, तो साढ़े जिंदगी साड़ी भी आत्मा ठंडी हो जाए। साढ़े बच्चे जॉब कर रहे हैं, तड़पने दो बच्चे ने जो प्राइवेट जॉब कर रहे हैं, प्राइवेट जॉब ना की बनता है। जे मेरा पति देश की खातर शहीद होया, देश ने तो मेरे वास्ते कुछ सोचना चाहिए। उस टाइम तो बड़े बड़े वादे किए, बाद तक नभाया कोई नहीं उन्होंने। तो साड़ी यही रिक्वेस्ट है साढ़े बच्चों ने जॉब दी जाए, पर उनकी पढ़ाई के हिसाब से दी जाए जॉब, कोई इन्हों की मतलब क्वालिफिकेशन के हिसाब से जॉब दो, जी साड़ी भी आत्मा ठंडी हो। 28 साल हो गए तुहानू लड़दियां नूं, ते जे हजे तक भी कोई एक्शन जिहड़ा सरकार वल्लों नहीं लिया जांदा, कोई तुहाडा मुद्दा हल नहीं कीता जांदा, तां तुसीं इस चीज़ नूं कंटिन्यू रखोगे? कंटिन्यू रखने सोचने पैंदे, यही बस इंतजार करते करते इन्ना टाइम हो गया बच्चों का, सरकार बोलदी देंगे जो देंगे, पहले तो है ही नहीं सी पॉलिसी, नहीं इन्हां दी ये बाद पॉलिसी बनी उहदे ते साडा है। देखो कि जिहड़े हुण हुण दे शहीद इन्हां नूं पैसा इन्हां नूं जोबां मिलण दीआं, कि साडे आदमी शहीद नहीं थे, उह शहीदी विच नहीं गुणे उन्होंने बच्चे नहीं, मगर फौज के सीगे तुहाडे हसबेंड ते वो शहीद हो गए, तो तुहानू हजे तक 28 साल का जिहड़ा एक लंबा वक्फा कह लो कि मनिया जाता है, लंबे वक्फे के 28 साल के दौरान हजे तक तुहाडे हक जिहड़े आ तुहानू नहीं दिते गए, तुसी सोचदे भी अगे तो कोई अपना फैमिली मैंबर तुसी फौज के भेजोगे तो वो इस तरीके नाल फौज के नौकरी करूगा? अभी तो कहने पंजाब सरकार दे सानू, अभी फौज जरूर भेजना, कोई तो कोई देने सानू पंजाब सरकार दे, मदद क्यों देने दे, सानू क्यों नहीं दे रही, सानू तो देनी चाहिए। फौज च मेरा बेटा गया सी, इन्होंने सेंटर वाले बुलाया सी, उत्थे जाके पता नहीं किया तुहाडी एज का कोई फर्क है, वो चेंज करा के लियाओ, तुहाडी पॉलिसी में ना नहीं है, तुहाडा ये नहीं है ना, उत्थे बेचारा जबलपुर तो महीना भर धक्के धुके खा के आ गया सी, दौड़ दौड़ लगा लिया, टेस्ट भी पास कर लिया, बाद उन्होंने बस इदा टरका के भेज दिता। एक होर गलंटरी अवार्ड हासिल करने वाले परिवार के नाल असीं गलबात कीती, ते उन्होंने दस्या चक्र मिले सानू, चक्र मिले सानू। एक होर गलंटरी अवार्ड हासिल करने वाले परिवार के नाल असीं गलबात कीती, ते उन्होंने दस्या कि नौकरी जिहड़ी आ एक टाइम के उत्ते नौकरी लई बुलाया तो गया, फाइलां भी भर लिया गई, नौकरी डिसाइड भी हो गई, पर खज्जल खुआर हो के उन्होंने बेटे नूं आउणा पिया। शहीद होने वाले फौजी वीरां दे परिवार दे नाल असीं गलबात कर रहे हैं, उन्हां दा दर्द जिहड़ा है हालांकि उस हद तक समझिया तो नहीं जा सकता, तो इस वड्डे लैवल दे उत्ते हल भी नहीं किया जा सकता साडे वल्लों, पर साडी वल्लों एक कोशिश की जा रही है कि ये सारिया गल्लां जिहड़ियां वड्डे पद्धर ते सरकारां तक पहुँच सकन ते इसका हल कढ़िया जाए। सो जिवें कि असीं गलबात की, तो उन्होंने दस्या कि लंबे समय तो वह खज्जल खुआर हो रहे आ, ते बस उन्होंने जोड़े लारे ही लाए जा रहे सरकार वालों, तो अजिहे एक महिला के नाल तुहानू मिलाउण जा रहे हैं जिहड़ी कि शहीद दे ही वाइफ ने, पर तुसी जान के हैरान हो जाओगे कि जदों उन्होंने हसबेंड शहीद होए तो वह महज 20 साल दे रही सी, 20 साल एक नौजवान लड़की जिहड़ी कि पूरे दिन की प्रैगनेंट सी, ते गर्भवती होने के बावजूद उसकी कोई मदद नहीं की जा रही, ते लंबा समा उसने बहुत ही मुश्किलों के कढ़िया, असीं उहदे नाल गलबात करांगे। सत श्री अकाल मैम। सत श्री अकाल मैम।
अपने हस्बैंड का नाम ते अपना नाम। हाँ, मेरे हस्बैंड का नाम सिपाही रजिंदर सिंह, मैं पलविंदर कौर कलानौर। हाँ जी, जिवें कि तुसीं दस्सिया कि उस समय तुसीं 20 सालां दी सी, तां हुण तुहाडी उम्र किन्नी है? हुण मैं 45। ते मैडम, मेरे बेटे दा बाद च बर्थ होया। हाँ जी, 1/11/98 च मेरे हस्बैंड शहीद होए पुंछ रजौरी च। उन्हां आतंकवादियां नाल मुकाबला कीता, तिन्नां नूं उन्हां ने मतलब शहीद होए। इस तरह बाद च मेरे बेटे दा बर्थ होया। ते सर मैडम, मैनूं इहो ही आ कि हुण मेरे बच्चे दा मतलब फ्यूचर वधिया होए, जी कोई वधिया एजुकेशन आ उहनूं उहदी एजुकेशन दे हिसाब नाल जॉब दित्ती जाए। की पढ़े आ तुहाडे बच्चे? पोस्ट ग्रैजुएशन BSc, हुण MSc कर रहा बेटा। की मंग आ सरकार कोल? मैडम इहो ही, पहलों तां आपां मतलब इह पॉलिसी दे अंडर नहीं सी आउंदे। हुण बच्चां ने केस लड़िया, पॉलिसी दे विच लिखिया होया कि इहनां नूं ए ग्रेड दी पोस्ट दित्ती जाए, जदकि इंटरव्यू होई आ। इंटरव्यू मतलब रिटन च नहीं, अजे इन्होंने कुछ सानू दिता। ये सी ग्रेड की जॉब दे रहे हैं। बच्चे चाहते कि सानू साडी योग्यता दे हिसाब नाल ही जॉब दी जाए। ये जिहड़ी पॉलिसी दी तुसीं तुहाडे बार वल्लों बार बार गल की जा रही है कि पॉलिसी की, इहदे विच भी कोई कैटागरी है तुहाडे हिसाब नाल भी आ शहीद इस तरीके नाल होया जां इन्ने सानू पहला होया सीगा ते इह इदां इहनू पॉलिसी दे अधीन गिणिया जाऊगा, इहनू इदां नौकरी दित्ती जाऊगी, जां मतलब एक की है तुहानू की लगदा है सरकार दे वल्लों मतभेद कीता जा रहा, बखरेवां कीता मतभेद कीता जा रहा सी? मतलब ये कह रहे थे कि 99 वाले पॉलिसी के अंडर आते हैं कि जिद पंजाब गवर्नमेंट मतलब शहीदों के परिवार एक मैंबर जॉब दी जाएगी। ठीक है, तो उदों मैडम ये उदों तो वादे बहुत कर दी पंजाब गवर्नमेंट ने किए भी एक जने जॉब दी जाएगी। चलो कुछ कारण करके असी नहीं ली मैं जॉब, तो हुण साडे बच्चों जॉब दी जाए। हुण अं पॉलिसी के अंडर आन दिया, पॉलिसी के अंडर ये भी हो रहा कि इन्हों की क्वालिफिकेशन के हिसाब न ए ग्रेड की जॉब दी जाए। हाँ जी, पर ए ग्रेड की जॉब जी नहीं दी जा रही, दी जा रही। हाँ जी, इन्हों सी ग्रेड की जॉब दी जा रही है। ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਚਲੋ ਨੌਕਰੀ ਤਾਂ ਜਿਹੜੀ ਆ ਤੁਹਾਡੇ ਪਰਿਵਾਰ ਦੀ ਪੱਕੀ ਹੋ ਗਈ ਆ, ਪਰਿਵਾਰ ਦੇ ਇੱਕ ਮੈਂਬਰ ਦੀ, ਪਰ ਜਿਹੜੀ ਜੌਬ ਆ ਉਹ ਯੋਗਤਾ ਦੇ ਆਧਾਰ 'ਤੇ ਨਹੀਂ? ਯੋਗਤਾ ਦੇ ਆਧਾਰ 'ਤੇ, ਯਾਨੀ ਕਿ ਸਾਡੀ ਮਤਲਬ ਪੋਲਿਸੀ ਦਾ ਲਿਖਿਆ ਹੋਇਆ ਵਾ ਕਿ ਇਹਨਾਂ ਨੂੰ ਏ ਗ੍ਰੇਡ ਦੀ ਜੌਬ ਦਿੱਤੀ ਜਾਏ। ਹਾਂਜੀ, ਕਿੱਥੋਂ ਤੱਕ ਤੁਸੀਂ ਗਏ ਹੋ, ਕਿੱਥੋਂ ਤੱਕ ਸਰਕਾਰ ਨਾਲ ਪਹੁੰਚ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ? ਬੱਚਿਆਂ ਨੇ ਮੈਡਮ ਕੀਤੀ ਹੈ ਪਹੁੰਚ, ਬਾਕੀ ਜਦੋਂ ਇਹਨਾਂ ਨੇ ਕੇਸ ਲੜਿਆ ਪੋਲਿਸੀ ਦੇ ਅੰਡਰ ਹੁਣ ਆ ਰਿਹਾ ਵਾ, ਅਤੇ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਜਿਹੜੀ ਵੀ ਸਰਕਾਰ ਆਏ, ਹੁਣ ਤੁਹਾਨੂੰ ਪਤਾ ਹੁਣ ਸਰਕਾਰ ਦਾ ਸਿਸਟਮ ਤਾਂ ਇੱਦਾਂ ਹੀ ਚੱਲ ਰਿਹਾ, ਜਿਹੜੀ ਵੀ ਸਰਕਾਰ ਆਵੇ ਸਾਡੇ ਲਈ ਤਾਂ ਉਹ ਹੀ ਆ ਜਿਹੜੀ ਸ਼ਹੀਦਾਂ ਦੀ ਮਤਲਬ ਬੱਚਿਆਂ ਦੀ ਸੁਣੇਗੀ ਜਾਂ ਫੈਮਿਲੀ ਦੀ ਸੁਣੇਗੀ। ਤੁਹਾਨੂੰ ਪਤਾ ਜਦੋਂ ਬੱਚੇ ਜਵਾਨ ਹੋ ਜਾਣ ਤਾਂ ਮਾਂ ਪਿਓ ਨੂੰ ਟੈਨਸ਼ਨ ਹੁੰਦੀ ਕਿ ਸਾਡੇ ਬੱਚੇ ਸੈੱਟ ਹੋ ਜਾਣ, ਸੈੱਟ ਹੋ ਜਾਣ, ਅਤੇ ਇਸ ਕਰਕੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਜਿਹੜੀ ਵੀ ਸਰਕਾਰ ਆਵੇ ਬੱਚਿਆਂ ਨੂੰ ਯੋਗਤਾ ਦੇ ਆਧਾਰ 'ਤੇ, ਪਹਿਲ ਦੇ ਆਧਾਰ 'ਤੇ ਜੋਬ ਦਿੱਤੀ ਜਾਏ। ਕਾਫੀ ਚਿਰ ਹੋ ਗਿਆ ਸਾਨੂੰ ਇਹ ਸਟਰਗਲ ਕਰਦੇ ਹਾਂ, ਔਰ ਬੇਟਾ ਗੁਲਸ਼ਨ ਹੈ ਉਹਨਾਂ ਨੇ ਇਹ ਮੁੱਦਾ ਚੁੱਕਿਆ, ਉਹਨਾਂ ਦੀ ਵਜ੍ਹਾ ਕਰਕੇ ਅਸੀਂ ਲੈ ਪਾ ਰਹੇ ਹਾਂ। ਮਤਲਬ ਇੰਨਾ ਕੁ ਸਾਨੂੰ ਹੋਪ ਹੋਈ ਆ ਕਿ ਸਾਨੂੰ ਸ਼ਾਇਦ ਸੁਣੇ ਸਾਡੀ ਸਰਕਾਰ, ਅਤੇ ਜਿੰਨਾ ਚਿਰ ਰਿਟਰਨ 'ਚ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਕੋਈ ਸੈਟਿਸਫਾਈ ਨਹੀਂ ਹੈਗੀ ਕਿ ਸਾਨੂੰ ਪੰਜਾਬ ਗੌਰਮੈਂਟ ਜੋਬ ਦੇਵੇਗੀ ਵੀ ਜਾਂ ਨਹੀਂ ਦੇਵੇਗੀ। ਫਿਲਹਾਲ ਤਾਂ ਲਾ ਰਹੀ ਸਮਝੋ। ਗੱਲਬਾਤ ਅਸੀਂ ਕੀਤੀ ਕਿ 20 ਸਾਲਾਂ ਦੇ ਤੁਸੀਂ ਸੀ, 20 ਸਾਲਾਂ ਦੀ ਜਿਹੜੀ ਉਮਰ ਹੁੰਦੀ ਆ ਉਹ ਬਹੁਤ ਹੀ ਕਹਿ ਸਕਦੇ ਵੀ ਥੋੜ੍ਹੀ, ਅਤੇ ਇੱਕ ਕੁੜੀ ਨੂੰ ਹਜੇ ਆਪਣੇ ਆਪ ਦੀ ਵੀ ਪੂਰੀ ਤਰ੍ਹਾਂ ਸਮਝ ਨਹੀਂ ਹੁੰਦੀ, ਅਤੇ ਉਸ ਦੌਰਾਨ ਇਕੱਲੇ ਪਤੀ ਦਾ ਸਹਾਰਾ ਨਹੀਂ ਹੈਗਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਮਦਦ ਨਹੀਂ, ਕਿੱਦਾਂ ਤੁਸੀਂ ਉਹ ਘੜੀ ਕੱਢੀ? ਘੜੀ ਤਾਂ ਮੈਡਮ ਬਹੁਤ ਜਿਤਨਾ ਹੁੰਦਾ ਉਹਨੂੰ ਹੀ ਪਤਾ ਹੁੰਦਾ। ਬਾਕੀ ਇਹ ਹੈ ਕਿ ਜਿਹੜੇ ਬੱਚਿਆਂ ਨੂੰ ਆਪਣਾ ਪੇਰੈਂਟਸ ਦਾ ਪਿਆਰ ਨਹੀਂ ਮਿਲਿਆ, ਬਾਪ ਦਾ ਪਿਆਰ ਨਹੀਂ ਮਿਲਿਆ, ਤੁਸੀਂ ਜਾਣਦੇ। ਹਾਂਜੀ, ਉਹ ਬਾਕੀ ਜ਼ਿੰਦਗੀ ਤਾਂ ਕੱਟਣੀ ਹੁੰਦੀ ਹੈ, ਬਸ ਕੱਟ ਰਹੇ ਹਾਂ। ਹਾਂਜੀ, ਹੁਣ ਸਾਨੂੰ ਇਹੋ ਹੀ ਹੈ ਕਿ ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋ ਜਾਵੇ, ਬੱਚਿਆਂ ਦੀ ਕੁਆਲੀਫਿਕੇਸ਼ਨ ਜਿੱਦਾਂ ਦੀ ਹੈ ਉੱਦਾਂ ਦੇ ਹਿਸਾਬ ਨਾਲ ਉਹਨੂੰ ਜੋਬ ਮਿਲ ਜਾਵੇ। ਸਰਕਾਰ ਵੱਲੋਂ ਕੋਈ ਤਸੱਲੀ ਦਿੱਤੀ ਜਾ ਰਹੀ ਹੈ ਤੁਹਾਨੂੰ ਵੀ ਹਾਂ ਹੁਣ ਤੁਹਾਨੂੰ ਜੋਬ ਜਿਹੜੀ ਉਹ ਮਿਲ ਜੂਗੀ? ਨਹੀਂ ਮੈਡਮ, ਅਜੇ ਮੈਨੂੰ ਤਾਂ ਕੋਈ ਤਸੱਲੀ ਨਹੀਂ ਜਾਪਦੀ, ਜਿੰਨਾ ਚਿਰ ਸਾਡੇ ਰਿਟਰਨ ਵਿੱਚ ਨਹੀਂ ਹੁੰਦਾ ਔਰ ਸਾਡੇ ਬੱਚੇ ਖੁਸ਼ ਨਹੀਂ ਹੁੰਦੇ ਕਿ ਜੇ ਉਹ ਸਾਡੀ ਕੁਆਲੀਫਿਕੇਸ਼ਨ ਹੈ ਉਹਦੇ ਹਿਸਾਬ 'ਤੇ ਸਾਨੂੰ ਜੋਬ ਮਿਲ ਗਈ। ਰਿਟਰਨ 'ਚ ਨਹੀਂ, ਫੌਜ ਦੇ ਵਿੱਚ ਹੀ ਜੋਬ ਚਾਹੁੰਦੇ ਹੋ ਜਾਂ ਫਿਰ ਕਿਸੇ ਹੋਰ ਅਦਾਰੇ ਦੇ? ਨਹੀਂ ਮੈਡਮ, ਪੰਜਾਬ ਗੌਰਮੈਂਟ ਦੀ ਜੋਬ ਚਾਹੁੰਦੇ ਹਾਂ ਔਰ ਇੰਟਰਵਿਊ ਹੋ ਚੁੱਕੀ ਇਹਨਾਂ ਦੀ। ਹਾਂਜੀ, ਮਤਲਬ ਗੌਰਮੈਂਟ ਜੋਬ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਅਦਾਰੇ ਦੇ ਵਿੱਚ ਹੋਵੇ, ਉਹਨਾਂ ਦੀ ਕੁਆਲੀਫਿਕੇਸ਼ਨ ਦੇ ਨਾਲ ਰਲਦੀ? ਹਾਂਜੀ ਹਾਂਜੀ, ਗੌਰਮੈਂਟ ਜੋਬ ਚਾਹੀਦੀ ਹੈ ਔਰ ਜੋ ਇਹਨਾਂ ਦੀ ਕੁਆਲੀਫਿਕੇਸ਼ਨ ਆ ਉਹ ਜੋਬ ਦਿੱਤੀ ਜਾਏ। ਇਹਨਾਂ ਨੂੰ ਸੀ ਗ੍ਰੇਡ ਦੀ ਜਦਕਿ ਦੇ ਰਹੇ ਨੇ, ਰਿਟਰਨ 'ਚ ਨਹੀਂ ਅਜੇ ਆਇਆ, ਇੰਟਰਵਿਊ ਫਿਲਹਾਲ ਹੋਈ ਹੈ ਕਿ ਤੁਹਾਨੂੰ ਆਹ ਜੋਬ ਦਿੱਤੀ ਜਾਏਗੀ। ਬੱਚੇ ਸੈਟਿਸਫਾਈ ਨਹੀਂ ਹੈਗੇ ਸਾਡੀ ਕੁਆਲੀਫਿਕੇਸ਼ਨ। ਸ਼ਹੀਦੀ ਤੋਂ ਬਾਅਦ ਵਿੱਚ ਤੁਹਾਨੂੰ ਕਿੱਦਾਂ ਕਿੱਦਾਂ ਦੀ ਮਦਦ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ? ਸਰ ਮੈਡਮ ਇਹੋ ਹੀ ਹੈ, ਪੈਨਸ਼ਨ ਲੈ ਰਹੇ ਹਾਂ ਔਰ ਪ੍ਰਸ਼ਾਦਾ ਖਾ ਰਹੇ ਹਾਂ, ਬੱਚਿਆਂ ਨੂੰ ਪੜ੍ਹਾ ਤਾ ਬਸ ਬੱਚਿਆਂ ਨੂੰ, ਹੋਰ ਤਾਂ ਕੋਈ ਨਹੀਂ ਇਹੋ ਜਿਹੀ ਗੱਲ ਹੈਗੀ। ਪੈਨਸ਼ਨ ਤੋਂ ਜਿੰਨਾ ਚਾਹੀਦਾ ਮਤਲਬ ਸ਼ਹੀਦਾਂ ਨੂੰ ਯਾਦ ਕਰਨਾ, ਜਿਨ੍ਹਾਂ ਦੀ ਵਜ੍ਹਾ ਨਾਲ ਹੀ ਅੱਜ ਆਪਣੇ ਸੁਰੱਖਿਅਤ ਵਾਂ, ਓਨਾ ਹੈ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ। ਹਾਂਜੀ।
एक किस्म के अं मंगते ही बने इस टाइम पर कि सरकार हाँ सुने हुई है कि जड़ी भी सरकार आई सू पहल के आधार पर जॉब दी जाए और क्वालिफिकेशन के हिसाब में दी जाए। यही थोड़ी सिर्फ मांग है सरकार को जी, जॉब बेसिकली जी थोड़ी रिक्वायरमेंट कर हाँ जी, बेसिकली जी मांग यही है कि सरकार वालों कोई वड्डे पद्धर की जी मांग नहीं की जा रही, बस ये है कि बच्चों नौकरी दे ए ग्रेड की जॉब दी जाए, पॉलिसी के अंडर में आ रही है साड़ी मतलब क्वालिफिकेशन के हिसाब से सानू ए ग्रेड की जॉब बन रही है जबकि सी ग्रेड की दे रहे हैं। हाँ जी, गलंटरी अवार्ड हासिल करने वाले लैफ्टिनेंट कर्नल बचित्र सिंह की पत्नी असं मौजूद हाँ, गल करते हैं। सत श्रीकाल मैम। सत श्रीकाल जी, मेरा नाम भुपिंदर कौर है, मेरे पति का नाम लैफ्टिनेंट कर्नल बचित्र सिंह है, तो इन्हों की डैथ श्रीनगर में बडगाम 29 सितंबर 1996 हुई सी, तो इन्हों मरणोपरांत शौर्य चक्र अवार्ड गलंटरी अवार्ड दिता गया सीगा। ते इन्हां नूं पहला भी जो ये जॉब दे विच सीगे डैथ तो पहला, ते इन्हां नूं चीफ ऑफ द आर्मी स्टाफ ते आर्मी कमांडर कमेंडेशन भी मिलिया होया सीगा। ते उस तो बाद इन्हां दी डैथ तो बाद जो इन्हां नूं शौर्य चक्र मिलिया सीगा उदों उस तो बाद मैं अप्लाई भी किया सीगा जिवें जॉब वास्ते, मैं एम ए बी एड सी, तो उदों इन्होंने कहा सीगा कि 99 तो बाद वाले केसिस असीं पिकअप कर रहे हैं, पंजाब गवर्नमेंट ने कहा तो थोड़ा केस उदे विच नहीं आएगा, तो नहीं उस टाइम पर मैनू जॉब दिती गई। फिर उस तो बाद सिर्फ इन्होंने पंजाब गवर्नमेंट ने उस टाइम पर लीओ ऑफ लैंड 40,000 रुपया ही दिता सीगा, होर कोई मदद नहीं हैगी सी इन्हां वल्लों। तो मैं मेरे बच्चे दोनों छोटे सीगे, तो मैं तो चलो डिफेंस वालों तो मैं पेनशन मिलती सी, ही मैं इन्हों पढ़ाया लिखाया ग्रोनअप किया कल्ली नहीं। फिर पास्ट विच जी पॉलिसी जी सा नहीं सी, इन्हों रेकोगनाइज नहीं किया जा रहा है वॉर हीरोज़ के, फिर यह बाद चो इन्हों रेकोगनाइज किया गया हूँ, मतलब वह भी काफ़ी देर बाद बच्चों ने भी केस वगैरह लड़िया और फिर पॉलिसी भी अमेंड हुई वो फिर हमने ना आए। ठीक है, तो मैं ये चाहनी हाँ कि जिमें कि हम पहला पास्ट विच इन शहीदों के कई या परिवारों को नौकरियां दित्तिया गई ने, उस तरह ही साढ़े भी परिवार के बीच एक एक नंबर मैंबर या साडे बच्चों पंजाब गवर्नमेंट नौकरी दे। कितना मुश्किल सीगा सरवाइव करना जो थोड़े पति जड़े शहीद हो गए तो सरकार वालों वड्डे पद्धर से मदद भी जी तुहानू नहीं दी गई, कि किस तरीके दे नाल तुसी सारियां चीज़ां नू मैनेज? बस मैं मैनेज कर लिया, उहदे विच ही ते कदे प्राइवेट जॉब करती सी जिवें मैं इत्थे पंजाब दी रहिण वाली सीगी, तो उस तो बाद फिर मैं अपने रिलेटिव्स दे नाल रही, जाके इंदौर विच मेरी सिस्टर इन लॉ हैगे ने उन्होंने नाल रही, उन्होंने नीचे रेंट ते भी रही मैं, कि चलो बच्चों तो शहर च पढ़ाना ही सीगा, पिंड च रहा कि मैं पढ़ा नहीं सी सकती, इस करके मैं उत्थे रही, कदे उत्थे आई उत्थों फिर मैं पटियाले आके सैटल हुई, फिर इस तरह मैं किया हैगा ये। तो उस तो बाद 14 साल बाद साढ़े आ केसिस अमेंड हो गए आए ने, तो उन्होंने रेकोगनाइज किया गया है, तो हूँ जिमें पास्ट विच सारे जॉब दित्तियां गई ने, उस तरह मैं हूँ ये चाहती हाँ कि जिमें हमने ये साढ़े हसबेंड के ग्रैटीट्यूड ऑनर एंड ग्रैटीट्यूड के हिसाब न जॉब में साढ़े बच्चों दिती जाए, तो इन्होंने क्वालिफिकेशन के हिसाब न जॉब दिती जाए। पर ये दिसंबर दे 21 दिसंबर हमने दिसंबर 2021 इन्होंने बच्चों इंटरव्यूज लिए बुलाया सीगा, तो इन्हों सी ग्रेड की जॉब दिती गई। यह मेरे साढ़े शहीदों के लिए डिसरिस्पैक्ट तो डिसग्रेस हैगा आ, तो इस तरह नहीं होना चाहिए, घट्टो घट जिवें पहला पास्ट विच इन्होंने जॉब दित्तिया ने उस हिसाब नाल इन्हां नूं तुसीं आपे गल कर रहे हो भी कुछ कुछ जॉब्स जिहड़ियां दित्तियां गईयां, तो तुहानूं की लगता भी सिर्फ तुहाडे परिवार नूं ही क्यों नहीं जॉब्स मिलियां? पहला इन्होंने क्योंकि यह इस करके दित्तियां कि यह मन नहीं सी रहे, रेकोगनाइज नहीं सी कर रहे, 99 तो बाद कीता, उस तो बाद 14 साल तो इन्होंने लड़े सब बच्चों ने केसिस लड़े ने, फिर उस तो बाद यह अमेंड हुई है पॉलिसी, हूँ इन्होंने लिया आ, तो हूँ वो हिसाब न तो फिर हूँ तो दे ना जॉब। ये मेरा मतलब मेरे हिसाब न इन्ह शहीदों के
ਨੂੰ ਦੇ ਲਈ ਤਾਂ ਮੈਂ ਤਾਂ ਕਹਿੰਦੀ ਹਾਂ ਡਿਸਓਨਰ ਹੈਗਾ ਆ, ਸੋਰੀ ਡਿਸਰਿਸਪੈਕਟ ਕੀਤੀ ਜਾ ਰਹੀ ਹੈ, ਡਿਸਗ੍ਰੇਸ ਕੀਤਾ ਜਾ ਰਿਹਾ ਆ ਕਿ ਥਰਡ ਕਲਾ ਥਰਡ ਮਤਲਬ ਗ੍ਰੇਡ ਸੀ ਵਾਲੀ ਜੋਬ ਦੇ ਕੇ ਸੀ ਗ੍ਰੇਡ ਦੀ ਜੋਬ ਇਹਨਾਂ ਨੂੰ ਆਫਰ ਕੀਤੀ ਆ। ਜਿਹੜੇ ਕੋਈ ਬੱਚੇ ਪੋਸਟ ਗ੍ਰੈਜੂਏਸ਼ਨ ਕੀਤੀ ਆ, ਕਈ ਆਉਂਦੇ ਗ੍ਰੈਜੂਏਸ਼ਨ ਕੀਤੀ ਹੋਈ ਆ, ਪ੍ਰਾਈਵੇਟ ਜੇ ਜੋਬ ਵੀ ਕਰ ਰਹੇ ਨੇ ਅਤੇ ਉਹਨਾਂ ਦਾ ਘੱਟੋ ਘੱਟ ਕੰਪਨਸ਼ੇਟ ਤਾਂ ਕਰ ਰਹੇ ਨੇ ਇੰਨੇ ਸਾਲਾਂ ਦਾ। ਸਤਿ ਸ਼੍ਰੀ ਅਕਾਲ, ਮੈਂ ਸੁਖਰੂਪ ਕੌਰ ਸਹੋਤਾ, ਲੈਫਟਨ ਕਰਨਲ ਲੇਟ ਪਚਿੱਤਰ ਸਿੰਘ ਸ਼ੌਰਿਆ ਚੱਕਰ ਪੋਸਥਮਸ ਦੀ ਡੋਟਰ ਹਾਂ, ਛੋਟੀ ਬੇਟੀ ਹਾਂ। ਮੈਂ ਜੇ ਯਾਦ ਕਰਾਂ, ਮੈਂ ਸਿਰਫ 7 ਸਾਲ ਦੀ ਸੀ ਅਤੇ ਮੇਰੀ ਵੱਡੀ ਭੈਣ ਸਿਰਫ 8 ਸਾਲ ਦੀ ਸੀ ਜਦ ਮੇਰੇ ਫਾਦਰ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ। ਅਤੇ ਪੰਜਾਬ ਸਰਕਾਰ ਨੇ ਉਦੋਂ ਕ੍ਰਿਮੇਸ਼ਨ ਵੇਲੇ ਬਹੁਤ ਮਿਨਿਸਟਰਸ ਆ ਕੇ ਬਹੁਤ ਵਾਅਦੇ ਕਰਦੇ ਨੇ, ਬਟ ਸ਼ਾਇਦ ਕ੍ਰਿਮੇਸ਼ਨ ਤੋਂ ਬਾਅਦ ਕੋਈ ਵੀ ਸਾਡਾ ਹਾਲ ਵੀ ਨਹੀਂ ਪੁੱਛਣ ਆਇਆ। ਮੇਰੀ ਮਦਰ ਉਸ ਸਮੇਂ MA BEd ਸੀਗੀ, ਉਹਨਾਂ ਨੇ ਜੋਬ ਵਾਸਤੇ ਅਪਲਾਈ ਕੀਤਾ, ਬਟ ਹਮੇਸ਼ਾ ਇਹੀ ਕਹਿ ਕੇ ਮਨਾ ਕੀਤਾ ਗਿਆ ਕਿ ਪ੍ਰੀ 1999 ਦੇ ਕੇਸ ਹੋ ਤੁਸੀਂ। ਦ ਕੁਐਸਚਨ ਹੀਅਰ ਇਜ਼ ਦੀ ਸੈਕਰੀਫਾਈਸ ਆਫ ਅ ਸੋਲਜਰ ਕਿਲਡ ਇਨ ਐਕਸ਼ਨ ਬਿਫੋਰ 99 ਇਜ਼ ਲੈਸ ਦੈਨ ਦੀ ਅਦਰਸ, ਐਂਡ ਸਾਡੇ ਕੇਸਿਸ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ ਗਿਆ। ਅਸ਼ੋਕ ਚੱਕਰ ਸੀਰੀਜ਼ ਗੈਲੰਟਰੀ ਅਵਾਰਡ ਨੂੰ ਪੰਜਾਬ ਸਰਕਾਰ ਨੇ ਵਾਰ ਹੀਰੋ ਮੰਨਿਆ ਹੀ ਨਹੀਂ। ਅਸੀਂ 14 ਸਾਲ ਤੋਂ ਇਸ ਲਈ ਆਫਿਸ ਤੋਂ ਆਫਿਸ ਜਾ ਕੇ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਅਸੀਂ ਪੋਲਿਸੀ ਅਮੈਂਡ ਕਰਾਈ ਓਨਰ ਐਂਡ ਗ੍ਰੈਟੀਟਿਊਡ ਦੀ, ਅਤੇ ਫੈਬਰਰੀ 21 ਵਿੱਚ ਇਹ ਪੋਲਿਸੀ ਅਮੈਂਡ ਹੋਈ ਅਤੇ ਸਾਡੇ ਕੇਸਿਸ ਕਵਰ ਕਰੇ ਗਏ। ਉਸ ਦੇ ਵਿੱਚ ਇੰਟਰਵਿਊਜ਼ ਪੈਨਲ ਨਾਲ ਹੋਣੀਆਂ ਸੀਗੀਆਂ, ਅਤੇ 5 ਕੈਂਸਲੇਸ਼ਨਸ ਅਤੇ ਰੀਸ਼ਡਿਊਲ ਹੋਣ ਤੋਂ ਬਾਅਦ December 22nd 2021 ਵਿੱਚ ਸਾਡੀ ਇੰਟਰਵਿਊ ਪੈਨਲ ਨਾਲ ਹੋਈ, ਅਤੇ ਉਸ ਵਿੱਚ ਮੈਨੂੰ ਗਰੁੱਪ ਸੀ ਆਫਰ ਕੀਤਾ ਗਿਆ, ਜਦਕਿ ਨਾ ਮੇਰੀ ਪ੍ਰੈਫਰੈਂਸ, ਨਾ ਮੇਰੇ ਫਾਦਰ ਦੇ ਸੈਕਰੀਫਾਈਸ, ਨਾ ਪੋਲਿਸੀ ਦੇ ਰੂਲਸ, ਓਨਰ ਐਂਡ ਗ੍ਰੈਟੀਟਿਊਡ ਪੋਲਿਸੀ ਦੇ ਰੂਲਸ ਫੋਲੋ ਕੀਤੇ ਗਏ। ਪਾਸਟ ਵਿੱਚ ਉਸ ਪੋਲਿਸੀ ਦੇ ਹਿਸਾਬ ਨਾਲ ਕੁਆਲੀਫਿਕੇਸ਼ਨ ਪ੍ਰੈਫਰੈਂਸ ਜੋ ਸੀਗਾ ਉਹ ਉਹਨਾਂ ਨੇ ਨਾ ਲੈਟਰ ਨਾ ਪੈਨਲ ਨੇ ਸਪਿਰਿਟ ਵਿੱਚ ਉਹ ਚੀਜ਼ ਫੋਲੋ ਕੀਤੀ ਗਈ, ਅਤੇ ਓਨਰ ਐਂਡ ਗ੍ਰੈਟੀਟਿਊਡ ਦੇ ਨਾਂ 'ਤੇ ਆਈ ਫੀਲ ਦਿਸ ਵਾਸ ਡਿਸਰਿਸਪੈਕਟ ਐਂਡ ਡਿਸਗ੍ਰੇਸ ਟੂਵਰਡਸ ਮਾਈ ਫਾਦਰਸ ਐਂਡ ਸਿਮਿਲਰ ਫੈਮਿਲੀਜ਼ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਇਹ ਹੋਇਆ ਹੈ। ਸਰਕਾਰ ਨੂੰ ਫੇਅਰ ਇਵੈਲੂਏਸ਼ਨ ਕਰਨਾ ਚਾਹੀਦਾ ਹੈ ਸਾਡੀ ਕੁਆਲੀਫਿਕੇਸ਼ਨਸ ਨਾਲ। ਸਾਡੀ ਮਦਰਸ ਨੇ ਹਾਰਡਸ਼ਿਪ ਸਟਰੱਗਲਸ ਕਰਕੇ ਸਾਨੂੰ ਅੱਜ ਇੱਥੇ ਖੜ੍ਹਾ ਕੀਤਾ ਹੈ, ਅਤੇ ਗਰੁੱਪ ਸੀ ਸਿਰਫ ਸਾਡੇ ਫਾਦਰ ਦੀ ਸੈਕਰੀਫਾਈਸ ਨਹੀਂ, ਬਟ ਸਾਡੀ ਮਦਰਸ ਦੀ ਸਟਰੱਗਲਸ ਅਤੇ ਹਾਰਡਸ਼ਿਪ ਦੇ ਉੱਤੇ ਵੀ ਕੁਐਸਚਨ ਉਠਾਉਂਦਾ ਹੈ। ਗਵਰਨਮੈਂਟ ਸਾਡੇ ਕੇਸਿਸ ਨੂੰ ਓਵਰਲੁੱਕ ਨਹੀਂ ਕਰ ਸਕਦੀ, ਉਹ ਸਾਨੂੰ ਟਾਈਮ ਬਾਉਂਡ ਨਾਲ ਸੈਕਰੀਫਾਈਸ ਨੂੰ ਨਹੀਂ ਲਿਖ ਸਕਦੀ। ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗੀ, ਬਹੁਤ ਬਹੁਤ ਧੰਨਵਾਦ। ਸੋ ਸ਼ਹੀਦ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਲੰਮੇ ਸਮੇਂ ਤੋਂ ਇੱਕ ਲੜਾਈ ਲੜਨ ਦੇ ਬਾਵਜੂਦ ਉਹਨਾਂ ਦਾ ਜਿਹੜਾ ਦਰਦ ਆ ਉਹ ਸਰਕਾਰ ਵੱਲੋਂ ਨਹੀਂ ਸਮਝਿਆ ਗਿਆ, ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ, ਉਸ ਤੋਂ ਬਾਅਦ ਬੱਚਿਆਂ ਵੱਲੋਂ ਇੱਕ ਕੇਸ ਲੜੇ ਗਏ, ਅਤੇ ਨਾਲ ਦੀ ਨਾਲ ਹੁਣ ਜੇ ਉਹਨਾਂ ਨੂੰ ਆਖਰ ਸਰਕਾਰ ਵੱਲੋਂ ਜਿਹੜੀ ਨੌਕਰੀ ਦੇ ਲਈ ਹਾਂ ਕੀਤੀ ਗਈ ਇੱਕ ਮੈਂਬਰ ਨੂੰ, ਉਹਦੇ ਵਿੱਚ ਵੀ ਉਹਨਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਜੋਬ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ, ਤਾਂ ਕਿਤੇ ਨਾ ਕਿਤੇ ਅਜਿਹੀਆਂ ਜਿਹੜੀਆਂ ਗੱਲਾਂ ਨੇ ਜਾਂ ਅਜਿਹੀਆਂ ਘਟਨਾਵਾਂ ਨੇ ਉਹ ਜਿੱਥੇ ਸਾਡੇ ਫੌਜੀ ਨੌਜਵਾਨ ਵੀਰਾਂ ਦੇ ਕੀਤੇ ਗਏ ਸੈਕਰੀਫਾਈਸ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹੇ ਕਰਦੀਆਂ ਨੇ, ਉੱਥੇ ਹੀ ਸਰਕਾਰ ਉੱਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਨੇ। ਸੋ ਸਰਕਾਰ ਨੂੰ ਅਜਿਹਾ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮਮਤਾ, ਸਕਰੋਲ ਪੰਜਾਬ।